ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿੱਚ ਸੜਕਾਂ ਤੇ ਰੁਲਦੇ ਨਸ਼ੇੜੀਆਂ ਨੇ ਪੰਜਾਬ ਸਰਕਾਰ ਦੀ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ। ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ, ਇਹ ਗਿੱਦੜਬਾਹਾ ਦੇ ਲਾਈਨੋ ਪਾਰ ਇਲਾਕੇ ਦੀਆਂ ਨੇ, ਜਿੱਥੇ ਕਿ ਦੋ ਨਸ਼ੇੜੀ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਬੇਸੁੱਧ ਹੋ ਕੇ ਸੜਕਾਂ ਤੇ ਘੁੰਮ ਰਹੇ ਹਨ ਅਤੇ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈ। ਇੱਕ ਨਸ਼ੇੜੀ ਤੋਂ ਤਾਂ ਆਪਣੇ ਪੈਰਾਂ ਤੇ ਖੜਾ ਵੀ ਨਹੀਂ ਹੋਇਆ ਜਾ ਰਿਹਾ ਅਤੇ ਦੂਜਾ ਜਿਸਦਾ ਮਲਮੂਤਰ ਵੀ ਵਿੱਚ ਨਿਕਲ ਗਿਆ, ਉਸ ਨੂੰ ਸਵਰਗਵਾਸੀ ਹਾਕਮ ਸੂਫੀ ਦੇ ਭਰਾ ਤੇ ਉੱਗੇ ਸਮਾਜ ਸੇਵੀ ਬਾਬਾ ਨਛੱਤਰ ਸੂਫੀ ਵੱਲੋਂ ਐਂਬੂਲੈਂਸ ਦੀ ਸਹਾਇਤਾ ਨਾਲ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਾਬਾ ਨਛੱਤਰ ਸੂਫੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਆਖੀ ਗਈ ਸੀ, ਉਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਮੇਰਾ ਨਾਮ ਨਛੱਤਰ ਬਾਬਾ। ਕੀ ਮਾਮਲਾ ਜੀ? ਮਾਮਲਾ ਕਿ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਹ ਲੇਟਿਆ ਪਿਆ ਸੀ, ਕੋਈ ਇਹਨੂੰ ਸੁਰਤ ਨਹੀਂ ਸੀ, ਇਕੱਠ ਬਹੁਤ ਜ਼ਿਆਦਾ ਹੋ ਚੁੱਕਾ ਸੀ, ਕੋਈ ਬੰਦਾ ਇਹਨੂੰ ਹੱਥ ਲਾਉਣ ਨੂੰ ਤਿਆਰ ਨਹੀਂ ਸੀ। ਮੈਡੀਕਲ ਦੇ ਪਾਣੀ ਪਾਇਆ ਚਾਹ ਰਹੇ ਨੇ, ਮੈਂ ਰੁਕਿਆ, ਰੁਕੇ ਨਹੀਂ, ਪਤਾ ਲੱਗਿਆ ਕਿ ਇਹਨੂੰ ਜਿਹੜਾ ਨਸ਼ਾ ਇੰਨਾ ਹਾਲਾਤ ਜਿਹੜੇ ਕਰ ਚੁੱਕੇ ਆ। ਮੈਂ ਸਰਕਾਰ ਦੀ ਵੀ ਨਿੰਦਿਆ ਕਰਦਾ, ਕੈਪਟਨ ਸਾਹਿਬ ਦੀ, ਜਿਹੜਾ ਅਸੀਂ ਖਤਮ ਕਰ ਦਾਂਗੇ। ਮੈਨੂੰ ਕਿਤੇ ਇਹ ਦਿਖ ਨਹੀਂ ਰਿਹਾ ਨਸ਼ਾ ਜਿਹੜਾ ਇਹ ਅੱਜ ਨੌਜਵਾਨ ਪੀੜ੍ਹੀ ਆ ਨਸ਼ੇ ਵੱਲ ਜਾ ਰਹੀ ਆ, ਮੈਂ ਇਹਦੀ ਸਖ਼ਤ ਨਿੰਦਿਆ ਕਰਦਾ। ਅੱਜ ਦੇ ਜਿੱਥੇ ਹੋਲੀ ਦੀਆਂ ਲੋਕ ਖੁਸ਼ੀ ਮਨਾ ਰਹੇ ਆ, ਇਹ ਪਤਾ ਨਹੀਂ ਕਿ ਜ਼ਿੰਦਗੀ ਦੁਆਰਾ ਲਏਗਾ। ਅਸੀਂ ਪੁਲਿਸ ਨੂੰ ਬੁਲਾਇਆ ਸੀ, ਉਹਨਾਂ ਨੇ ਐਂਬੂਲੈਂਸ ਨੂੰ 101 ਦੇ ਉੱਪਰ, ਉਹ ਹਾਲੇ ਆਏ ਨਹੀਂ। ਅਸੀਂ ਉਹਦਾ ਇੰਤਜ਼ਾਰ ਕਰ ਰਹੇ ਹਾਂ, ਅਸੀਂ ਇਹ ਚਾਹੁੰਦੇ ਕਿ ਇਹਦੀ ਜਾਨ ਬਚ ਜਾਏ, ਬਾਕੀ ਜੋ ਵੀ ਆ ਪਰਮਾਤਮਾ ਨੂੰ ਅੱਛਾ ਲੱਗਦਾ ਉਹ ਮਾਲਕ ਹੀ ਬਣਦੇ। ਕਿਸ ਪ੍ਰਕਾਰ ਦਾ ਨਸ਼ਾ ਕੀਤਾ ਲੱਗਦਾ ਜੀ? ਨਸ਼ਾ ਮੈਨੂੰ ਕੋਈ ਦਾਰੂ ਦੀ ਤਾਂ ਨਹੀਂ ਆਈ ਬਦੋ, ਕਿਉਂਕਿ ਮੈਂ ਇੱਕ ਤੋਂ ਮੇਰੀ ਇਹ ਆਦਤ ਆ, ਕੋਈ ਇੱਦਾਂ ਦੇ ਮੈਨੂੰ ਕੋਈ ਨਸ਼ੇ ਵਾਲੇ ਜਾਂ ਕੋਈ ਮਿਲ ਜਾਂਦੇ, ਮੈਂ ਅਕਸਰ ਹੀ ਇਹਨਾਂ ਦੇ ਉੱਪਰ ਕੰਮ ਕਰਦਾ ਰਹਿੰਦਾ, ਅਤੇ ਮੈਨੂੰ ਕੋਈ ਨਸ਼ਾ ਇਹ ਲੱਗਦਾ ਕੋਈ ਜਿਵੇਂ ਕੋਈ ਚਿੱਟਾ ਲਾ ਲਓ ਜਾਂ ਕੋਈ ਗੋਲੀਆਂ ਲਾ ਲਓ, ਕੋਈ ਇਸ ਤਰ੍ਹਾਂ ਨਸ਼ਾ ਹੈ ਵੀ ਜਿਹੜਾ ਇਹਨੂੰ ਕੋਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜੋ ਮਰੀਜ਼ ਇਲਾਜ ਲਈ ਸਾਡੇ ਕੋਲ ਆਇਆ ਹੈ, ਦੇਖਣ ਵਿੱਚ ਲੱਗਦਾ ਹੈ ਕਿ ਉਸਨੇ ਜ਼ਿਆਦਾ ਨਸ਼ਾ ਕੀਤਾ ਹੋਇਆ, ਪਰ ਇਸ ਗੱਲ ਦਾ ਪਤਾ ਤਾਂ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਕਿ ਨੌਜਵਾਨ ਨੇ ਕਿਸ ਪ੍ਰਕਾਰ ਦਾ ਨਸ਼ਾ ਕੀਤਾ ਹੋਇਆ ਸੀ। ਹਾਂਜੀ, ਇੱਕ 108 ਐਂਬੂਲੈਂਸ ਸਾਡੇ ਕੋਲ ਲਗਭਗ 1:35 ਦੇ ਕਰੀਬ ਟਾਈਮ ਤੇ ਜਿਹੜੇ ਇੱਕ ਮਰੀਜ਼ ਨੂੰ ਲੈ ਕੇ ਆਈ, ਉਹ ਸੈਮੀ ਕੌਨਸ਼ੀਅਸ ਦੀ ਸਟੇਟ ਦੇ ਵਿੱਚ ਸੀ, ਪਰ ਆਪਣਾ ਨਾਮ ਪਤਾ ਬੋਲ ਕੇ ਦੱਸ ਰਿਹਾ ਸੀ, ਅਤੇ ਉਹਦੇ ਜਿਹੜੇ ਕੱਪੜੇ ਜਿਹੜੇ ਸੀ ਚਿੱਕੜ ਨਾਲ ਲਿਬੜੇ ਹੋਏ, ਰੰਗ ਨਾਲ ਹੌਲੀ ਰੰਗ ਨਾਲ ਸੀ, ਮਤਲਬ ਦੇਖਣ ਦੀ ਹਾਲ ਤੋਂ ਲੱਗਦਾ ਸੀ ਕਿ ਕਿਸੇ ਕੋਈ ਉਹਨੇ ਨਸ਼ਾ ਕੀਤਾ ਹੋਇਆ ਵੱਧ, ਅਤੇ ਉਹ ਖੁਦ ਆਪ ਬੋਲ ਕੇ ਦੱਸ ਰਿਹਾ ਸੀ ਕਿ ਮੈਂ ਸ਼ਰਾਬ ਉਹਨੇ ਜ਼ਿਆਦਾ ਪੀਤੀ ਹੋਈ, ਅਤੇ ਫਿਲਹਾਲ ਉਹ ਸਾਡੇ ਕੋਲ ਅਸੀਂ ਐਡਮਿਟ ਕੀਤਾ ਹੋਇਆ, ਉਹਨੇ ਆਬਜ਼ਰਵੇਸ਼ਨ ਰੱਖਿਆ। ਸੋ ਤੁਸੀਂ ਦੇਖਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਆਖ ਰਹੀ ਹੈ, ਉੱਥੇ ਹੀ ਦੂਜੇ ਪਾਸੇ ਨਸ਼ੇੜੀਆਂ ਦਾ ਇਹ ਹਾਲ ਹੈ ਕਿ ਉਹਨਾਂ ਨੂੰ ਨਸ਼ੇ ਦੀ ਹਾਲਤ ਵਿੱਚ ਕੁਝ ਵੀ ਪਤਾ ਨਹੀਂ ਲੱਗ ਰਿਹਾ। ਸੋ ਪੰਜਾਬ ਸਰਕਾਰ ਨੂੰ ਲੋੜ ਹੈ ਨਸ਼ੇ ਦੇ ਮੁੱਦੇ ਵੱਲ ਧਿਆਨ ਦੇਣ ਦੀ, ਤਾਂ ਜੋ ਕਿ ਪੰਜਾਬ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਿਆ ਜਾਵੇ। ਹੁਣ ਤੁਸੀਂ ਸਾਡੀ ਵੈਬਸਾਈਟ ਤੇ ਜਾਣ ਲਈ ਲੌਗਇਨ ਕਰ ਸਕਦੇ ਹੋ www.avenpunjabi.com ਤੇ। ਬਦਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ, ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ, ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।